ਸਸਿਕਲ ਜੀ ਸਾਰਿਆਂ ਨੂੰ ਨਾਨੀ ਦਾ ਟੇਸਟੀ ਖਾਣਾ ਚੈਨਲ ਤੇ ਲੈ ਕੇ ਆਏ ਆ ਤੁਹਾਡੇ ਲਈ ਹੈਲਦੀ ਗ੍ਰੀਨ ਜੂਸ ਦੀ ਰੈਸਪੀ ਸੋ ਵੀਡੀਓ ਨੂੰ ਜ਼ਰੂਰ ਐਂਡ ਤੱਕ ਦੇਖਿਓ ਔਰ ਮੈਂ ਤੁਹਾਨੂੰ ਦੱਸਦਾ ਇਹ ਜਿਹੜਾ ਜੂਸ ਆ ਤੁਹਾਡੇ ਲਈ ਓਵਰঅল ਬਹੁਤ ਅੱਛਾ ਹੈ ਵੈਦਰ ਤੁਸੀਂ ਨੇਲਸ ਤੁਹਾਡੇ హెਅਰ ਆ ਸਕਿਨ ਆ ਆਈਜ਼ ਆ ਉਹਦੇ ਲਈ ਤਾਂ ਅੱਛਾ ਹੈ ਹੀ ਹੈ ਉਹਦੀ ਹੈਲਥ ਨੂੰ ਇੰਪਰੂਵ ਕਰਦਾ ਹੈ ਨਾਲ ਹੀ ਨਾਲ ਤੁਹਾਡੀ ਗੱਟ ਹੈਲਥ ਨੂੰ ਤੁਹਾਡੇ ਡਾਈਜੈਸ਼ਨ ਨੂੰ ਤੁਹਾਡੇ ਬੀਪੀ ਨੂੰ 슈ਗਰ ਨੂੰ ਔਰ weight loss 'ਚ ਵੀ ਤੁਹਾਡੇ ਬਹੁਤ ਜ਼ਿਆਦਾ ਹੈਲਪ ਕਰਦਾ ਹੈ ਔਰ ਤੇ ਇਹਨੂੰ ਤੁਸੀਂ ਰੋਜ਼ ਬਣਾਓ ਤੇ ਪੀਓ ਇਹਦੇ ਲਈ ਜਿਹੜੇ ਇੰਗਰੀਡੀਅੰਟਾਂ ਮੈਂ ਪਾਲਕ ਲਿਆ ਹੈ ਇੱਕ ਕਟੋਰੀ ਚੌਪ ਕੀਤਾ ਹੋਇਆ ਠੀਕ ਹੈ ਜੀ ਤੁਸੀਂ ਚਾਹੋ ਤਾਂ ਪਾਲਕ ਸਿੰਪਲ ਲੰਬੇ ਪੱਤੇ ਵੀ ਲੈ ਸਕਦੇ ਹੋ ਸਟਿਕਸ ਨੂੰ ਰਿਮੂਵ ਕਰਕੇ ਦੀਆਂ ਇਹ ਆਪਾਂ ਥੋੜਾ ਜਿਆਦਾ ਰੱਖ ਲਿਆ ਹੈ ਹਾਫ ਇੰਚ ਦੇ ਕਰੀਬ ਨਾਲ ਹੀ ਮੈਂ ਤਿੰਨ ਆਮਲਾ ਲਏ ਹੈ ਜਿਹਦੇ ਵਿੱਚੋਂ ਕਿ ਮੈਂ ਸੀਡਸ ਰਿਮੂਵ ਕਰ ਦਿੱਤੇ ਨੇ ਤੇ ਪੀਸਿਸ ਕੱਢ ਲੈਨੇ ਇਹ ਮੈਂ ਲੋਕੀ ਲਈ ਹੈ 200 ਗ੍ਰਾਮ ਆਮਲਾ ਲਿਆ ਤਿੰਨ ਪਾਲਕ ਕਰੀਬ ਇੱਕ ਕਟੋਰੀ ਤੇ ਗਾਜਰ ਲਈ ਹੈ ਦੋ ਤੋਂ ਤਿੰਨ ਦੇ ਕਰੀਬ ਕਟਿੰਗ ਕਰਕੇ ਤੇ ਇੱਕ ਆਪਾਂ ਲਿਆ ਹੈ ਖੀਰਾ ਠੀਕ ਹੈ ਜੀ ਸੋ ਇਹਨਾਂ ਸਾਰੀਆਂ ਚੀਜ਼ਾਂ ਦਾ ਆਪਾਂ ਬਣਾਵਾਂਗੇ ਬਹੁਤ ਹੀ ਵਧੀਆ ਜਿਹਾ ਗ੍ਰੀਨ ਜੂਸ ਜਿਵੇਂ ਕਿ ਤੁਹਾਨੂੰ ਪਤਾ ਇਹਨਾਂ ਚ ਇੱਕ ਇੱਕ ਚੀਜ਼ ਬਹੁਤ ਹੀ ਜ਼ਿਆਦਾ ਲਾਹੇਵੰਦ ਆ ਸਾਡੇ ਲਈ ਸੋ ਆਪਾਂ ਇਦਾਂ ਜੂਸਰ ਦਾ ਸੈਟਅਪ ਲਗਾ ਲੈਣਾ ਹੈ ਇਹਨੂੰ ਅਸੀਂ ਗ੍ਰाइंड ਜਾਂ ਮਿਕਸ ਨਾ ਕਰਦੇ ਹੋਏ ਸਿਰਫ ਔਰ ਸਿਰਫ ਜੂਸ ਦੀ ਫਾਰਮ 'ਚ ਹੀ ਯੂਜ਼ ਕਰਾਂਗੇ ਸੋ ਥੈਟ ਕਿ ਇਹਦਾ ਟੇਸਟ ਔਰ ਜਿਹੜਾ ਇਹਦਾ ਬੈਨੀਫਿਟ ਹੈਗਾ ਉਹ ਬਰਕਰਾਰ ਰਵੇ ਇਦਾਂ ਆਪਾਂ ਪਾਲਕ ਪਹਿਲਾਂ ਪਾ ਦੇਣਾ ਹੈ ਇੱਥੇ ਤੁਸੀਂ ਇਹ ਚੀਜ਼ ਕਰ ਸਕਦੇ ਹੋ ਕਿ ਇਸ ਪਾਲਕ ਨੂੰ ਤੁਸੀਂ ਲੰਮੇ ਪੱਤਿਆਂ ਦੀ ਰੂਪ ਦੇ ਵਿੱਚ ਰੋਲ ਕਰਕੇ ਵੀ ਪਾਸ ਆਉਂਦੇ ਹੋ ਸੋ ਥੈਟ ਕਿ ਜਿਵੇਂ ਮੇਰੇ ਇਦਾਂ ਬਿਖਰ ਗਏ ਨੇ ਤੁਹਾਡੇ ਨਾ ਵੀ ਤੇ बट ਇਟਸ ਓਕੇ ਪ੍ਰੈਕਟਿਸ ਮੇਕਸ ਮੈਨ ਪਰਫੈਕਟ ਆਪਾਂ ਜਿਮੀ ਜਿਮੀ ਚੀਜ਼ਾਂ ਦੀ ਪ੍ਰੈਕਟਿਸ ਕਰਦੇ ਆ ਐਕਸਪੀਰੀਅੰਸ ਕਰਦੇ ਆ ਆਪਾਂ ਫਿਰ ਉਹਨੂੰ ਇੰਪਰੂਵ ਵੀ ਕਰਦੇ ਰਹਿੰਦੇ ਆ ਠੀਕ ਹੈ ਜੀ ਐਸੇ ਕਰਕੇ ਮੇਰੀ ਜਿਹੜੀ ਵੀਡੀਓ ਹੁੰਦੀ ਆਲਮੋਸਟ ਬਿਲਕੁਲ ਐਜ਼ ਇਟ ਇਜ਼ ਹੀ ਹੁੰਦੀ ਜਿਵੇਂ ਕਿ ਮੈਂ ਬਣਾ ਰਹੀ ਹੁੰਨੀ ਆ ਚੀਜ਼ ਸੋ ਦੈਟ ਕਿ ਤੁਹਾਨੂੰ ਪੂਰੀ ਕਲੈਰਿਟੀ ਮਿਲੇ ਕਿ ਜੂਸ ਬਣਾਉਂਦੇ ਸਮੇਂ ਜਾਂ ਰੈਸਪੀ ਬਣਾਉਂਦੇ ਸਮੇਂ ਸਾਨੂੰ ਕੀ ਕੀ ਦਿੱਕਤਾਂ ਆਉਂਦੀਆਂ ਤੇ ਕਿਹੜੀ ਕਿਹੜੀ ਗੱਲ ਦਾ ਸਾਨੂੰ ਖਿਆਲ ਰੱਖਣਾ ਪਊਗਾ ਇਹਦੇ ਵਿੱਚ ਮੈਂ ਤੁਹਾਨੂੰ ਇੱਕ ਟਿਪ ਦੇਣਾ ਚਾਹੁੰਦੀ ਆ ਪਾਲਕ ਅਦਰਕ ਔਰ ਆਮਲਾ ਇਹਨਾਂ ਨੂੰ ਨਾ ਤਾਂ ਤੁਸੀਂ ਜੂਸਰ ਦੇ ਵਿੱਚ ਸਭ ਤੋਂ ਪਹਿਲਾਂ ਪਾਉਣਾ ਔਰ ਸੌਰੀ ਨਾ ਤਾਂ ਸਭ ਤੋਂ ਲਾਸਟ ਤੇ ਪਾਉਣਾ ਕਿਉਂਕਿ ਕੀ ਹੁੰਦਾ ਕਿ ਜੇਕਰ ਅਸੀਂ ਬਿਲਕੁਲ ਲਾਸਟ ਤੇ ਪਾ ਦਾਂਗੇ ਨਾ ਤਾਂ ਜੂਸਰ ਦੇ ਵਿੱਚ ਉਹਦੇ ਪਾਰਟਿਕਲਸ ਰਹਿ ਜਾਣਗੇ ਪ੍ਰੋਪਰ ਜੂਸ ਬਾਹਰ ਨਹੀਂ ਨਿਕਲੇਗਾ ਕਿਉਂਕਿ ਪਾਲਕ ਚੋਂ ਵੀ ਥੋੜਾ ਜਿਹਾ ਜੂਸ ਨਿਕਲੇਗਾ ਔਰ ਆਮਲੇ ਚੋਂ ਵੀ ਤੇ ਨਾ ਹੀ ਤੁਸੀਂ ਬਿਲਕੁਲ ਮਿਡਲ 'ਚ ਪਾਉਣਾ ਤੁਸੀਂ ਕੀ ਕਰਨਾ ਫਰੰਟ ਤੇ ਪਹਿਲਾਂ ਤੁਸੀਂ ਪਾਲਕ ਤੇ ਅਦਰਕ ਪਾ ਦਿਓ ਥੈਨ ਗਾਜਰ ਪਾ ਦੇਣਾ ਤੇ ਖੀਰਾ ਪਾ ਦੇਣਾ so that ki ਸਾਰਾ ਜੂਸ ਅੱਛੇ ਤਰੀਕੇ ਨਾਲ ਸਕਵੀਜ਼ ਹੋ ਕੇ ਬਾਹਰ ਆ ਜੇ ਫਿਰ ਤੁਸੀਂ ਸੈਕਿੰਡ ਲਾਸਟ ਆਮਲਾ ਪਾ ਕੇ ਲੋਕੀ ਇਹਦੇ ਵਿੱਚ ਪਾ ਕੇ ਜੂਸ ਕੱਢ ਲੈਣਾ ਹੈ ਜੂਸ ਬਹੁਤ ਅੱਛਾ ਬਨੇਗਾ ਬਿਨਾਂ ਨਮਕ ਤੋਂ ਤੁਸੀਂ ਇਹ ਯੂਜ਼ ਕਰਨਾ ਹੈ so that ki ਆਪਾਂ ਕਿਸੇ ਵੀ ਐਸੀ ਚੀਜ਼ ਨੂੰ ਆਪਣੇ ਪੇਟ ਦੇ ਅੰਦਰ ਨਾ ਲੈ ਕੇ ਜਾਈਏ ਜਿਹਦਾ ਆਪਾਂ ਨੂੰ ਮਾੜਾ ਜਾ ਵੀ ਕੋਈ ਨੁਕਸਾਨ ਹੈ ਤੇ ਜੂਸਰ ਆਲਮੋਸਟ ਆਪਾਂ ਕੱਢ ਲਿਆ ਹੈ ਹੁਣ ਆਪਾਂ ਪਿਊਰੀ ਕਰਾਂਗੇ ਇਹਦੇ ਵਿੱਚ ਕੱਪ ਦੇ ਵਿੱਚ ਇਹਨੂੰ ਛਾਨਣ ਦੀ ਬਿਲਕੁਲ ਜ਼ਰੂਰਤ ਨਹੀਂ ਬਿਕੋਜ਼ ਜੂਸਰ ਦੇ ਵਿੱਚ ਆਲਰੇਡੀ ਸਟੇਨਰ ਲੱਗਿਆ ਹੁੰਦਾ ਹੈ ਸੋ ਇਹਨੂੰ ਵਧੀਆ ਮਸਤ ਜੂਸ ਤੁਸੀਂ ਪੀਓ ਨਾ ਸਿਰਫ ਤੁਸੀਂ ਚਾਹੇ ਬਜ਼ੁਰਗ ਨੇ ਚਾਹੇ ਬੱਚੇ ਨੇ ਇਹਨੂੰ ਹਰ ਏਜ ਦੇ ਜਿਹੜੇ ਹੈਗੇ ਲੋਕ ਪੀ ਸਕਦੇ ਨੇ ਸਰਦੀ ਹੋਵੇ ਚਾਹੇ ਗਰਮੀ ਗ੍ਰੀਨ ਵੈਜੀਸ ਤਾਂ ਸਾਨੂੰ ਆਲਵੇਸ ਮਿਲ ਹੀ ਜਾਂਦੀਆਂ ਨੇ ਸੋ ਜੂਸ ਨੂੰ ਆਪਣੇ ਲਾਈਫ ਦਾ ਇੱਕ ਇੰਪੋਰਟੈਂਟ ਪਾਰਟ ਬਣਾਓ ਐਦੇ ਉੱਤੇ ਹੁਣ ਬਹੁਤ ਸਾਰੀਆਂ ਸਮੂਦੀਜ਼ ਆ ਰਹੀਆਂ ਆਪਣੇ ਚੈਨਲ ਤੇ ਸੋ ਚੈਨਲ ਨੂੰ ਜਲਦੀ ਨਾਲ ਸਬਸਕ੍ਰਾਈਬ ਕਰ ਲਓ ਵੀਡੀਓ ਅੱਛੀ ਲੱਗੀ ਤਾਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਿਓ ਔਰ ਮਿਲਦੇ ਹਾਂ ਕੱਲ ਨੂੰ ਕਿਸੇ ਹੋਰ ਵੀਡੀਓ ਲਈ ਤਦ ਤੱਕ ਲਈ ਬਾਏ